ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 11 ਸਤੰਬਰ ਸਵੇਰੇ ਅੰਮ੍ਰਿਤ ਵੇਲੇ ਜਦੋਂ ਅਸੀਂ ਖੇਤ ਵਿੱਚ ਗਏ ਤਾਂ ਦੇਖਿਆ ਕਿ ਵੀ ਉੱਥੇ ਗੇਟ ਦੇ ਬਾਹਰ ਬੂਹੇ ਦੇ ਅੱਗੇ ਇੱਕ ਹਿਰਨੀ ਦਾ ਬੱਚਾ ਬੈਠਾ ਹੋਇਆ ਸੀ। ਬੜਾ ਸਹਿਮਿਆ ਹੋਇਆ, ਬੜਾ ਡਰਿਆ ਹੋਇਆ ਬੱਚਾ ਬੈਠਾ ਹੋਇਆ ਸੀਗਾ। ਇਹ ਕਿਤੇ ਆਪਣੇ ਪਰਿਵਾਰ ਵਿੱਚੋਂ, ਆਪਣੇ ਝੁੰਡ ਵਿੱਚੋਂ, ਹਿਰਨਾਂ ਦੇ ਝੁੰਡ ਵਿੱਚੋਂ ਕਿਤੇ ਵਿਛੜ ਗਿਆ ਅਤੇ ਕੁੱਤਿਆਂ ਤੋਂ ਬਚਦਾ ਬਚਾਉਂਦਾ, ਠੰਡ ਤੋਂ ਬਚਦਾ ਬਚਾਉਂਦਾ ਇੱਥੇ ਆਣ ਕੇ ਇਹਨੇ ਕਮਰੇ ਦਾ ਸਹਾਰਾ ਲੈ ਕੇ ਰਾਤ ਇੱਥੇ ਕੱਟੀ। ਸਵੇਰੇ ਅਸੀਂ ਜਦੋਂ ਇਹਨੂੰ ਦੇਖਿਆ, ਮਿਲਿਆ ਮੁਲਿਆ, ਪਰ ਇਹ ਸਹਿਮਿਆ ਹੋਇਆ, ਬੜਾ ਡਰਿਆ ਹੋਇਆ ਸੀਗਾ। ਸਾਨੂੰ ਵੀ ਅਸੀਂ ਸ਼ਾਇਦ ਇਹਨੂੰ ਕਿਤੇ ਕੁੱਤਿਆਂ ਨੇ ਪਾੜ ਪੁੜ ਦਿੱਤਾ, ਇਹ ਨਹੀਂ ਬਚਦਾ। ਪਰ ਜਦੋਂ ਇਹਨੂੰ ਹੱਥ ਹੁੱਥ ਫੇਰਿਆ, ਲੱਤਾਂ ਲੁੱਤਾਂ ਬਲੀਆਂ, ਉਸ ਤੋਂ ਬਾਅਦ ਇਹ ਪੂਰਾ ਐਕਟਿਵ ਹੋ ਗਿਆ। ਐਕਟਿਵ ਹੋਣ ਤੋਂ ਬਾਅਦ ਚਲੋ ਅਸੀਂ ਇਹਨੂੰ ਉੱਥੇ ਬੰਨਿਆ। ਬੰਨਣ ਤੋਂ ਬਾਅਦ ਅਸੀਂ ਫਿਰ ਸੰਪਰਕ ਕੀਤਾ ਜੰਗਲਾਤ ਮਹਿਕਮੇ ਨਾਲ। ਜੰਗਲਾਤ ਮਹਿਕਮੇ ਦੇ ਅੰਡਰ ਦੇ ਵਿੱਚ ਹੀ ਇਹ ਜੀਵ ਜੰਤੂ ਮਹਿਕਮਾ ਜਿਹੜਾ ਆਉਂਦਾ ਸੀਗਾ। ਅਸੀਂ ਉਹਨਾਂ ਦੇ ਸਾਰੇ ਅਧਿਕਾਰੀਆਂ ਨੂੰ ਫੋਨ ਕੀਤਾ ਦੋਵਾਂ ਲੱਤਾਂ ਫੜ ਕੇ ਅਤੇ ਉਹਨਾਂ ਨੇ ਪਹਿਲਾਂ ਤਾਂ ਉਹ ਨਾ ਨਿਯਮ ਕਰਦੇ ਰਹੇ, ਸਾਡੇ ਕੋਲ ਗੱਡੀਆਂ ਨਹੀਂ ਹੈਗੀਆਂ, ਸਾਡੇਕੋਲ ਬੰਦੇ ਨਹੀਂ ਹੈਗੇ। ਅਸੀਂ ਆਖਿਆ ਭਾਈ ਉਹਨੂੰ ਸੰਭਾਲ ਲਓ। ਉਹ ਵਾਰ ਵਾਰ ਕਹਿਣ, ਜੀ ਤੁਸੀਂ ਇਹਨੂੰ ਘਰ ਲੈ ਜਾਓ ਜੀ, ਅਸੀਂ ਘਰੇ ਜਾ ਕੇ ਸੰਭਾਲ ਲਾਂਗੇ, ਘਰੋਂ ਲੈ ਆਵਾਂਗੇ ਜਾ ਕੇ ਜੀ। ਅਤੇ ਉਸ ਤੋਂ ਬਾਅਦ ਚਲੋ ਉਹ ਆਏ ਬੰਦੇ ਸਕੂਟਰੀ 'ਤੇ ਅਤੇ ਇਹਨੂੰ ਲੱਤਾਂ ਫੜਨਾ, ਬੜੇ ਸੱਜੇ ਢੰਗ ਦੇ ਨਾਲ ਬੰਨ ਕੇ ਅਤੇ ਇਹਨਾਂ ਨੂੰ ਉਹ ਲੈ ਗਏ। ਇਹ ਬੜਾ ਸਹਿਮਿਆ ਹੋਇਆ, ਬੜਾ ਇੱਕ ਬੜਾ ਕਮਜ਼ੋਰ ਦਿਲ ਦਾ ਇਹ ਜਿਹੜਾ ਜਾਨਵਰ ਹੁੰਦਾ ਆ, ਅਤੇ ਇਹ ਪਰਿਵਾਰ ਦੇ ਵਿੱਚੋਂ ਵਿਛੜ ਗਿਆ। ਬੜਾ ਛੋਟਾ ਜਿਹਾ ਸੀਗਾ ਜੀ, ਐਂ ਲੱਗਦਾ ਸੀ ਜਿਸ ਤਰ੍ਹਾਂ ਜੇ ਹਫ਼ਤੇ ਦਾ ਹੀ ਹੁੰਦਾ, ਅਤੇ ਜਿਸ ਤਰ੍ਹਾਂ ਆਮ ਆਪਣੇ ਝੁੰਡ ਫਿਰਦੇ ਹੁੰਦੇ ਨੇ ਹਿਰਨਾਂ ਦੇ, ਉਹਨਾਂ ਦੇ ਵਿੱਚੋਂ ਇਹ ਛੋਟਾ ਜਿਹਾ ਕਿਤੇ ਇੱਥੇ ਰਹਿ ਗਿਆ। ਅਤੇ ਜੇ ਇਹਨੂੰ ਛੱਡਦੇ ਸਾਂ ਜਾਂ ਕਿਤੇ ਵੀ ਛੱਡ ਆਉਂਦੇ, ਉਹ ਸਾਨੂੰ ਕਹਿਣ ਵੀ ਇਹਨੂੰ ਛੱਡ ਦਿਓ ਜੀ, ਇੱਥੇ ਪਰਾਂ ਦੂਰ ਛੱਡੋ, ਆਪੇ ਤੁਰ ਜਾਣਗੇ, ਇਹਦੀ ਮਾਂ ਆ ਜਾਏਗੀ, ਇਹਦਾ ਝੁੰਡ ਆ ਜਾਏਗਾ। ਅਸੀਂ ਆਖਿਆ ਵੀ ਨਹੀਂ, ਇਹ ਛੱਡ ਨਹੀਂ ਸਕਦੇ, ਜੇ ਇਹਨੂੰ ਕੁੱਤੇ ਪਾੜ ਗਏ ਤਾਂ ਉਹ ਫਿਰ ਇੰਨੀ ਗੱਲ ਵਧੀਆ ਨਹੀਂ ਹੈਗੀ। ਭਾਈ ਤੁਸੀਂ ਇਹਨੂੰ ਆਣ ਕੇ ਸੰਭਾਲੋ। ਚਲੋ ਵਨ ਵਿਭਾਗ ਵਾਲੇ ਆਏ, ਜੀਵ ਜੰਤੂ ਵਾਲੇ ਆਏ, ਉਹ ਇਹਨੂੰ ਲੈ ਗਏ। ਵੇਖਣ ਦੇ ਵਿੱਚ ਜੀਵ ਬਹੁਤ ਸੋਹਣਾ ਸੀਗਾ, ਸੁਨੱਖਾ ਸੀਗਾ, ਅਤੇ ਪਰ ਥੋੜ੍ਹਾ ਜਿਹਾ ਇਹਦੇ 'ਚ ਇਹ ਕਮਜ਼ੋਰੀ ਹੈ ਵੀ ਇਹ ਦਿਲ ਬੜਾ ਛੱਡ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।